ਤਮਾਮ ਵੱਡੀਆਂ ਛੋਟੀਆਂ ਮਾਈਆਂ ਨੂੰ ਅਸਲਾਮ ਵਾਲੇਕਮ ਮਾਈਓ ਬੁਸ਼ਰਾ ਗੱਲ ਕਰਦੀ ਆ ਪੱਟੀ ਵਾਲੀ ਮਾਝੇ ਦਾ ਖੁਸਰਾ ਆ ਬੈਠੀ ਆ ਕੋਲ ਮੇਰੀ ਸ਼ਾਨੀ ਚੇਲਾ ਵਾ ਮੇਰਾ ਇਹ ਬੈਠੀ ਆ ਮੇਰੇ ਕੋਲ ਤੇ ਮੇਰੇ ਕੋਲ ਆਈ ਇੱਕ ਕੰਮ ਅੱਜ ਇਹ ਤੇ ਮੇਰਾ ਚੇਲਾ ਆਈ ਆ ਮਾਈਓ ਅੱਜ ਇਹ ਮੇਰਾ ਚੇਲਾ ਆਈ ਆ ਤੇ ਜੇ ਮਾਈ ਕਿਸੇ ਨੇ ਮੇਰੇ ਘਰ ਵਿੱਚ ਅੱਗ ਪਾਈ ਕੰਨ ਖੋਲ ਕੇ ਉਹ ਮਾਈਆਂ ਸੁਣ ਲੈਣ ਜਿਹੜੀਆਂ ਮੇਰੇ ਘਰ 'ਚ ਅੱਗ ਪਾਉਂਦੀਆਂ ਵਾਂ ਉਹਨਾਂ ਮਾਈਆਂ ਨੂੰ ਮੈਂ ਕਹਿ ਰਹੀ ਆ ਜੇ ਇਸ ਮਾਈ ਨੇ ਮੇਰੇ ਘਰ 'ਚ ਅੱਗ ਪਾਈ ਪੱਟੀ ਨਵਲਦ ਨਿੰਗੀ ਜਿਨੇ ਮੇਰੇ ਘਰ 'ਚ ਅੱਗ ਪਾਈ ਤੇ ਆਹ ਵੇਖ ਮੇਰਾ ਚੇਲਾ ਇਹ ਨੂੰ ਸਮਝ ਲੋ ਮੈਂ ਚਾਚਾ ਗੁਰੂ ਬਣਾ ਲੂੰਗੀ ਮਾਈ ਬੇਗਮ ਦੇ ਨਾਮ ਵਿੱਚ ਬਾਹੂੰਗੀ ਭੁੱਲ ਗਏ ਮਤਾਬ ਕੋਟ ਵਾਲੀਏ ਮਤਾਬ ਕੋਟ ਸੁਣ ਜਾ ਨੀਂਗਾ ਪਰ ਪੱਟੀ ਵੀ ਨਹੀਂਓ ਸੁਣਜੀ ਇਹ ਮੈਂ ਤੈਨੂੰ ਦੱਸ ਦਿੱਤਾ ਜੇ ਤੂੰ ਪੱਟੀ ਦੇ ਵਿੱਚ ਕੋਈ ਐਸਾ ਕੰਮ ਮੂਰਤਾਂ ਕੋ ਭਾਈਆਂ ਆਹ ਵੇਖ ਬੱਚਾ ਦੱਸੇ ਕਿੰਨੇ ਪਿੰਡ ਮੰਗਦੀ ਸੰਘੇੜਿਆਂ ਦੇ ਬਥੇਰੇ ਤੇਰੇ ਮੰਗਦੀ ਤੂੰ ਰਾਜ਼ੀ ਇਸ ਗੱਲ ਵਿੱਚ ਮੈਂ ਰਾਜ਼ੀ ਹਾਂ ਬਾਬੇ ਬਾਬੇ ਮੁਤਾਬ ਮੁਤਾਬ ਕੋਟ ਚ ਤੈਨੂੰ ਬਾਵਾ ਤਾਂ ਤੂੰ ਰਾਜ਼ੀ ਹੈ ਮੈਂ ਰਾਜ਼ੀ ਹਾਂ ਬੇਗਮ ਦੇ ਨਾਂ ਤੇ ਬਾਵਾ ਤੂੰ ਰਾਜ਼ੀ ਹੈ ਮੈਂ ਰਾਜ਼ੀ ਹਾਂ ਚੱਲ ਗੱਲ ਮੁੱਕੀ ਤੇ ਝਗੜਾ ਪਾਰ ਪੁੱਤ ਮੈਂ ਤੈਨੂੰ ਨਵੇੜਾ ਵੀ ਐ ਕਰਕੇ ਦੇਵਾਂਗੀ ਹੱਥ ਬੰਨ ਕੇ ਤੇਰੀ ਗੁੱਤੀ ਚ ਨਵੇੜਾ ਤੈਨੂੰ ਸੁੱਚੀ ਕਰਕੇ ਬਾਹੂੰਗੀ ਮੁਤਾਬ ਕੋਟ ਦੇ ਵਿੱਚ ਸੋਚ ਲਾ ਤੇ ਸਮਝ ਲਾ ਮਾਈਓ ਆਹ ਮੇਰੀ ਨਿਸ਼ਾ ਵੀ ਬੈਠੀ ਬਕਰ ਮਾਰ ਅਸਲਾਮੁਅਲੈਕਮ ਮਾਈਓ ਮਾਇਆਂ ਨੂੰ ਸੰਤ ਰਵੇ ਮੇਰੇ ਬਜ਼ੁਰਗਾਂ ਦਾ ਸੁਖਾਣਾ ਸੋਚ ਕੇ ਤੇ ਸਮਝ ਕੇ ਰੱਬ ਚਿੜੀਆਂ ਕੋਲੋਂ ਬਾਜ਼ ਮਰਵਾ ਦਿੰਦਾ ਹੀ ਭੁੱਲ ਗਏ ਵਾਰਸਾ ਮਾਣ ਨਾ ਕਰੀ ਵਾਰਸਾਂ ਦੇ ਰੱਬ بے ਵਾਰਸੇ ਕਰ ਮਾਰਦਾ ਹੀ ਰੱਬ ਚਿੜੀਆਂ ਕੋਲੋਂ ਬਾਜ਼ ਮਰਵਾ ਦਿੰਦਾ ਹੀ ਤੇ तमाम ਮਾਈਆਂ ਨੂੰ ਅਸਲਾਮੁਅਲੈਕ ਨਵਾਦੀ ਕਰਦੀ ਨਾ ਘਾਟੀ ਕਰਦੀ ਨਾ ਚੰਗੀ ਕਰਦੀ ਤੇ ਨਾ ਮੈਂ ਮਾੜੀ ਕਰਦੀ ਨਾ ਮਾਂ ਦੀ ਦੇਣੀ ਤੇ ਨਾ ਭੈਣ ਦੀ ਮੈਂ ਲੈਣੀ ਆ ਸੁਣਿਓ ਮਾਈਓ ਇਹ ਪਹਿਲੋਂ ਤੂੰ ਇਹ ਕੰਮ ਗਲਤ ਕੁ ਕਰਨਾ ਤੇ ਬਾਅਦ ਚ ਮੈਂ ਕਰਨਾ ਮੈਂ ਪਹਿਲੋਂ ਨਹੀਂ ਕਰਨਾ